ਰਤਨਾਮ ਵਾਹਿਗੁਰੂ ਸਾਹਿਬ ਜੀ ਮਾਜ ਮਹਿਲਾ ਤੀਜਾ ਕਰ ਪਹਿਲਾ ਕਰਮ ਹੋਵੇ ਸਤ ਗੁਰੂ ਮਿਲਾਏ ਸੇਵਾ ਸੁਰਤ ਸ਼ਬਦ ਚਿਤ ਲਾਏ ਹਉ ਮੈਂ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਚੁਕਾ ਬਣਿਆ ਕਰਮ ਹੋਵੇ ਸਤ ਗੁਰੂ ਮਿਲਾਏ ਸੇਵਾ ਸੁਰਤ ਸ਼ਬਦ ਚਿਤ ਲਾਏ ਹਉ ਮੈਂ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਚੁਕਾਵਣਿਆ ਹਉ ਵਾਰੀ ਜਿਉ ਵਾਰੀ ਸਤਿਗੁਰ ਕੈ ਬਲਹਾਰਣਿਆ ਗੁਰਮਤੀ ਪਰਗਾਸ ਹੋਆ ਜੀ ਅਨ ਦਿਨ ਹਰ ਗੁਣ ਗਾ ਬਣਿਆ ਰਹਾਉ ਮਨ ਤਨ ਮਨ ਖੋਜੇ ਤਾ ਨਾਉ ਪਾਏ ਤਾ ਵਤ ਰਾਖੈ ਠਾਕ ਰਹਾਏ ਗੁਰ ਕੀ ਬਾਣੀ ਅਨ ਦਿਨ ਗਾਵੇ ਸਹਜੇ ਭਗਤ ਕਰਾਵਣਿਆ ਇਸ ਕਾਇਆ ਅੰਦਰ ਵਸਤ ਅਸੰਖਾ ਗੁਰਮੁਖ ਸਾਚ ਮਿਲੈ ਤਾਂ ਵੇਖਾਂ ਨੌ ਦਰਵਾਜੇ ਦਸਵੈ ਮੁਕਤਾ ਅਨਹਦ ਸ਼ਬਦ ਵਜਾਵਣਿਆ ਸਚਾ ਸਾਹਿਬ ਸਚੀ ਨਾਈ ਗੁਰ ਪ੍ਰਸਾਦੀ ਮਨ ਵਸਾਈ ਅਨ ਦਿਨ ਸਦਾ ਰਹੈ ਰੰਗ ਰਤਾ ਦਰ ਸਚੈ ਸੋਜੀ ਪਾਵਣਿਆ ਪਾਪ ਪੁੰਨ ਕੀ ਸਾਰ ਨਾ ਜਾਣੀ ਦੁਜੈ ਲਾਗੀ ਪਰਮ ਪੁਲਾਣੀ ਅਗਿਆਨੀ ਅੰਦਾ ਮਗ ਨਾ ਜਾਣੈ ਫਿਰ ਫਿਰ ਆਵਣ ਜਾਵਣਿਆ ਗੁਰ ਸੇਵਾ ਤੇ ਸਦਾ ਸੁਖ ਪਾਇਆ ਹਉ ਮੈਂ ਮੇਰਾ ਠਾਕ ਰਹਾਇਆ ਗੁਰ ਸਾਖੀ ਮਿਟਿਆ ਅੰਧਿਆਰਾ ਬਜਰ ਕਪਾਟ ਖੁਲਾ ਵਣਿਆ ਹਉ ਮੈਂ ਮਾਰ ਮਨ ਵਸਾਇਆ ਗੁਰ ਚਰਣੀ ਸਦਾ ਚਿਤ ਲਾਇਆ ਗੁਰ ਕਿਰਪਾ ਤੇ ਮਨ ਤਨ ਨਿਰਮਲ ਨਿਰਮਲ ਨਾਮ ਧਿਆਵਣਿਆ ਜੀਵਨ ਮਰਣਾ ਸਭ ਤੁਦੈ ਤਾਈ ਜਿਸ ਬਖਸ਼ੇ ਤਿਸ ਦੇ ਵਡਿਆਈ ਨਾਨਕ ਨਾਮ ਧਿਆਏ ਸਦਾ ਤੂੰ ਜਮਣ ਮਰਣਾ ਸਵਾਰਣਿਆ ਜੀਵਨ ਮਰਨਾ ਸਭ ਤੁਦੈ ਤਾਈ ਜਿਸ ਬਖਸ਼ੇ ਤਿਸ ਦੇ ਵਡਿਆਈ ਨਾਨਕ ਨਾਮ ਧਿਆਏ ਸਦਾ ਤੂੰ ਜਮਣ ਮਰਨ ਸਵਾਰਣਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਕ ਓੰਕਾਰ ਸਤ ਗੁਰ ਪ੍ਰਸਾਦ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਗੁਰੂਆਂ ਦੇ ਗੁਰੂ ਪੀਰਾਂ ਦੇ ਪੀਰ ਨਬੀਆਂ ਦੇ نبی ਸ਼ਾਹਾਂ ਦੇ ਸ਼ਾਹ ਸਿਰ ਸ਼ਾਹਾਂ ਪਾਤਸ਼ਾਹ ਚਵਰ ਤਖਤ ਦੇ ਮਾਲਕ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਜੁੜ ਬੈਠੇ ਸਤ ਸੰਗੀ ਜਨੋ ਗਾਜ ਵਜ ਕੇ ਫਤਿਹ ਦੀ ਸਾਂਝ ਪਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤ ਸੰਗਿਓ ਜਦੋਂ ਗੁਰੂ ਦੀ ਸ਼ਰਣ ਵਿੱਚ ਆਉਨੇ ਆ ਇੱਕ ਤਾਂ ਹੁੰਦਾ ਵੀ ਜਿੰਨਾ ਕੋ ਸਮਾਂ ਇੱਥੇ ਬੈਠਣਾ ਹੈ ਉਹ ਭਾਗ ਬਣਾਣੇ ਨੇ ਜਿਨਨੇ ਇੱਕ ਸਮੇਂ ਦੀ ਸਰੀਰਕ ਤੌਰ ਤੇ ਹਾਜ਼ਰੀ ਲਾਈਏ ਇਹ ਭਾਗ ਬਣਨੇ ਨੇ ਇੱਕ ਹੁੰਦਾ ਵੀ ਇੱਥੇ ਬੈਠਿਆਂ ਸਤਸੰਗ ਕਰਦਿਆਂ ਅਸੀਂ ਆਉਣ ਵਾਲੇ ਸਮੇਂ ਦੀ ਮੰਗ ਵੀ ਮੰਗ ਲਿਆ ਕਰੀਏ हे ਸੱਚੇ ਪਾਤਸ਼ਾ ਜਿਵੇਂ ਤੇਰੀ ਬਖਸ਼ਿਸ਼ ਦੇ ਨਾਲ ਅੱਜ ਸੁਭਾਗੀਆਂ ਘੜੀਆਂ ਸਤਸੰਗ ਦੀਆਂ ਪ੍ਰਾਪਤ ਹੋਈਆਂ ਨੇ हे ਦਾਤਾਰ ਪਿਤਾ ਇੱਕ ਬਖਸ਼ਿਸ਼ ਕਰ ਦੇਈ ਇਹ ਸੁਭਾਗ ਸਮਾ ਸਦਾ ਹੀ ਜੀਵਨ ਵਿੱਚ ਬਣਿਆ ਰਹੇ ਕੇਵਲ ਗੁਰੂ ਘਰ ਆ ਕੇ ਸਤਸੰਗ ਕਰਨਾ ਮੁਬਾਰਕ ਹੈ ਪਰ ਇੱਕ ਅਵਸਥਾ ਤੁਰਦੇ ਆਂ ਫਿਰਦੇ ਆਂ ਕਾਰੋਬਾਰ ਕਰਦੇ ਆਂ ਘਰ-ਬਾਰ ਸੰਭਾਲਦੇ ਆਂ ਜੀਵਨ ਵਿੱਚ ਵਿਚਰਦੇ ਆਂ ਵੀ ਹਿਰਦੇ ਦੀ ਗੁਰੂ ਚਰਨਾਂ ਦੇ ਨਾਲ ਐਸੀ ਸਾਂਝ ਪੈ ਜਾਵੇ ਕਿ ਹਰ ਵੇਲੇ ਇਹ ਸਤਸੰਗ ਦੀਆਂ ਘੜੀਆਂ ਨਸੀਬ ਹੁੰਦੀਆਂ ਰਹਿਣ ਅਗਲੀ ਪੜਾਈ ਏ ਉੱਚੀ ਪੜਾਈ ਏ ਜਿਨ੍ਹਾਂ ਦੇ ਪੱਲੇ ਇਹ ਦਾਤ ਆਈ ਏ ਭਾਈ ਉਹ ਮੁਬਾਰਕ ਹੈ ਜਿਨ੍ਹਾਂ ਨੂੰ ਜੀਵਨ ਵਿੱਚ ਐਸਾ ਰਸ ਪ੍ਰਗਟ ਹੋਇਆ ਹੈ ਜਿਸ ਰਸ ਦੀ ਵਿਚਾਰ ਬਾਬਾ ਜੀ ਬੜੇ ਪਿਆਰ ਨਾਲ ਸਮਝਾਉਂਦੇ ਨੇ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਇਹ ਉਹ ਰਸ ਏ ਕਿਸੇ ਵਿਰਲੇ ਭਾਗਾਂ ਵਾਲੇ ਨੂੰ ਪ੍ਰਾਪਤ ਹੁੰਦਾ ਏ ਇਹ ਉਹ ਰਸ ਏ ਜਿਸ ਦੇ ਜੀਵਨ ਵਿੱਚ ਪ੍ਰਗਟ ਹੋ ਗਿਆ ਫਿਰ ਹਰ ਸਮੇਂ ਹਰ ਘੜੀ ਉਸ ਦਾ ਪਰਮਾਤਮਾ ਦੇ ਨਾਲ ਮਿਲਾਪ ਹੈ ਗੁਰੂ ਸਵਾਰੇਓ ਅੱਜ ਦੇ ਪਾਵਨ ਫੁਰਮਾਨ ਦੇ ਵਿੱਚ ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਜੀ ਬੜੇ ਪਿਆਰ ਨਾਲ ਬਚਨ ਕਰਦੇ ਨੇ ਸਤਿਗੁਰਾਂ ਦੀ ਪਾਵਨ ਬਾਣੀ ਜੋ 109 ਅੰਗ ਦੇ ਉੱਤੇ ਸੁਭਾਏਮਾਨ ਹੈ ਮਾਜ ਰਾਗ ਦੇ ਵਿੱਚ ਇਹ ਜਿਹੜੀ ਦੂਜੀ ਅਸ਼ਟਪਦੀ ਏ ਇਹਨਾਂ ਦੇ ਵਿੱਚ ਮੇਰੇ ਸਤਿਗੁਰਾਂ ਨੇ ਜੋ ਬਚਨ ਸਾਰੇ ਜਗਤ ਨੂੰ ਸਮਝਾਉਣੇ ਕੀਤੇ ਨੇ ਸਤਸੰਗਿਓ ਗੁਰੂ ਦਾ ਬਚਨ ਸਾਰੇ ਸੰਸਾਰ ਦੇ ਲਈ ਸਾਰੀ ਸ੍ਰਿਸ਼ਟੀ ਦੇ ਲਈ ਸਾਂਝਾ ਉਪਦੇਸ਼ ਹੈ ਕਿਉਂਕਿ ਗੁਰੂ ਦੇ ਲਈ ਸਾਰੇ ਜੀ ਇੱਕੋ ਜਿਹੇ ਨੇ ਇਹ ਭੇਦ ਭਾਅ ਤਾਂ ਅਸਾਂ ਪਾਲ ਲਏ ਜਿਵੇਂ ਕਿਸੇ ਪਰਿਵਾਰ ਦੇ ਵਿੱਚ ਚਾਰ ਬੱਚੇ ਹੋਣ ਤੇ ਮਾਪੇ ਉਹਨਾਂ ਚਾਰ ਬੱਚਿਆਂ ਦਾ ਵੱਖ-ਵੱਖ ਨਾਂ ਧਰਦੇ ਨੇ ਭਾਵੇਂ ਉਹਨਾਂ ਬੱਚਿਆਂ ਦੇ ਮਾਤਾ-ਪਿਤਾ ਦਾ ਨਾਂ ਇੱਕੋ ਹੀ ਹੈ ਪਰ ਚਾਰਾਂ ਬੱਚਿਆਂ ਦਾ ਨਾਂ ਵੱਖ-ਵੱਖ ਹੁੰਦਾ ਹੈ ਠੀਕ ਇਸੇ ਪ੍ਰਕਾਰ ਅਸੀਂ ਸਾਰੀ ਸ੍ਰਿਸ਼ਟੀ ਦੇ ਵਿੱਚ ਜਿੰਨੇ ਜੀਵ ਹਨ ਅਕਾਲ ਪੁਰਖ ਦੇ ਪ੍ਰਤੀ ਸਾਡੀ ਭਾਵਨਾ ਕੀ ਹੈ ਤੂੰ ਸਾਝਾ ਸਾਹਿਬ ਬਾਪ ਹਮਾਰਾ ਉਹ ਸਭ ਦਾ ਸਾਂਝਾ ਪਿਤਾ ਹੈ ਪਰ ਧਿਆਨ ਰੱਖਣਾ ਸ੍ਰਿਸ਼ਟੀ ਦੇ ਵਿੱਚ ਜਿੰਨੇ ਜੀ ਨੇ ਕੇਵਲ ਉਹਨਾਂ ਦੇ ਨਾਂ ਬਦਲੇ ਨੇ ਹੈ ਸਾਰੇ ਉਸੇ ਦੇ ਧੀਆਂ ਪੁੱਤਰ ਨੇ ਕਿਸੇ ਦਾ ਨਾਂ ਇਸ ਜਗਤ ਵਾਲਿਆਂ ਨੇ ਕਿਸੇ ਬੱਚੇ ਨੂੰ ਹਿੰਦੂ ਕਹਿ ਕੇ ਪੁਕਾਰਿਆ ਕਿਸੇ ਬੱਚੇ ਨੂੰ ਮੁਸਲਮਾਨ ਕਹਿ ਕੇ ਪੁਕਾਰਿਆ ਕਿਸੇ ਨੂੰ ਸਿੱਖ ਕਹਿ ਕੇ ਪੁਕਾਰਿਆ ਇਸਾਈ ਕਹਿ ਕੇ ਪੁਕਾਰਿਆ ਜੈਨੀ ਜਾਂ ਬੋਧੀ ਕਹਿ ਕੇ ਪੁਕਾਰਿਆ ਕਿਸੇ ਬੱਚੇ ਨੂੰ ਇਸਤਰੀ ਕਹਿ ਦਿੱਤਾ ਕਿਸੇ ਨੂੰ ਪੁਰਸ਼ ਕਹਿ ਦਿੱਤਾ ਹੈ ਸਾਰੇ ਉਸ ਦੇ ਜਗਤ ਪਿਤਾ ਦੇ ਧੀਆਂ ਪੁੱਤਰ ਨੇ ਮਾਟੀ ਇੱਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ ਸਾਰੇ ਇੱਕੋ ਮਿੱਟੀ ਤੋਂ ਬਣੇ ਆ ਇੱਕੋ ਕੁਮਾਰ ਦੇ ਘਰੇ ਆ ਬਸ ਕੇਵਲ ਸੰਸਾਰ ਦੇ ਵਿੱਚ ਜਨਮ ਲੈਣ ਤੋਂ ਬਾਅਦ ਨਾਮ ਬਦਲ ਗਿਆ ਜਿਵੇਂ কুমਾਰ ਇੱਕੋ ਮਿੱਟੀ ਤੋਂ ਘੜਾ ਵੀ ਬਣਾਉਂਦਾ ਹੈ ਸੁਰਾਈ ਵੀ ਬਣਾਉਂਦਾ ਹੈ ਥਾਲੀ ਵੀ ਬਣਾਉਂਦਾ ਹੈ ਗਲਾਸ ਵੀ ਬਣਾਉਂਦਾ ਹੈ ਹੋਰ ਕਈ ਪ੍ਰਕਾਰ ਦੇ ਬਰਤਨ ਤਿਆਰ ਕਰਦਾ ਹੈ ਇਸੇ ਤਰ੍ਹਾਂ ਇਸ ਸੰਸਾਰ ਦੇ ਵਿੱਚ ਜਦੋਂ ਇਹ ਮਿੱਟੀ ਦੇ ਭਾਂਡੇ ਆਏ ਨਾ ਕਿਸੇ ਨੇ ਇਸ ਮਿੱਟੀ ਦੇ ਭਾਂਡੇ ਦਾ ਨਾਮ ਮਨਮੋਹਨ ਸਿੰਘ ਰੱਖ ਦਿੱਤਾ ਕਿਸੇ ਨੇ ਇਸ ਭਾਂਡੇ ਦਾ ਨਾਮ ਗੁਲਸ਼ਨ ਕੁਮਾਰ ਰੱਖ ਦਿੱਤਾ ਤੇ ਕਿਸੇ ਨੇ ਇਸ ਭਾਂਡੇ ਦਾ ਨਾਮ ਫਜ਼ਲੁਰਹਿਮਾਨ ਰੱਖ ਦਿੱਤਾ ਕਿਸੇ ਨੇ ਇਸ ਭਾਂਡੇ ਨੂੰ ਅੰਮ੍ਰਿਤ ਕੌਰ ਕਹਿ ਕੇ ਪੁਕਾਰਿਆ ਤੇ ਕਿਸੇ ਨੇ ਅੰਮ੍ਰਿਤ ਸਿੰਘ ਕਹਿ ਕੇ ਪੁਕਾਰਿਆ ਭਾਂਡਾ ਉਹੀ ਹੈ ਮਿੱਟੀ ਉਹੀ ਹੈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਚੌ ਵਰਨਾ ਕੋ ਸਾਂਝਾ ਇਹ ਬਰਾਦਰੀਆਂ ਇਹ ਜਾਤਾਂ ਸਾਡੀਆਂ ਬਣਾਈਆਂ ਹੋਈਆਂ ਨੇ ਇਹ ਜੱਟ ਨੇ ਇਹ ਭਾਪੇ ਨੇ ਇਹ ਮਲਵਈ ਨੇ ਇਹ ਕਿਸੇ ਹੋਰ ਇਲਾਕੇ ਦੇ ਨੇ ਇਹ ਸਾਡੇ ਨੇ ਇਹ ਤੁਹਾਡੇ ਨੇ ਇਹ ਸਭ ਵਿਤਕਰੇ ਸਾਡੇ ਪੈਦਾ ਕੀਤੇ ਹੋਏ ਨੇ ਬਾਬਾ ਜੀ ਨੇ ਕਦੇ ਤੁਸੀਂ ਸਾਰੇ ਸਿਆਣੇ ਹੋ ਬਾਣੀ ਪੜਨ ਵਾਲੇ ਹੋ ਕਿਸੇ ਥਾਂ ਤੇ ਦਸੋ ਲਿਖਿਆ ਹੋਵੇ ਭਈ ਇਹ ਬਚਨ ਮੇਰਾ ਜਟਾਂ ਲਈ ਏ ਜਾਂ ਇਹ ਬਚਨ ਕੇਵਲ ਭਾਬਿਆਂ ਲਈ ਏ ਇਹ ਬਚਨ ਮੇਰਾ ਇਸਤਰੀਆਂ ਲਈ ਏ ਜਾਂ ਉਹ ਬਚਨ ਪੁਰਸ਼ਾਂ ਲਈ ਏ ਨਹੀਂ ਸਤਗੁਰ ਕੀ ਵੱਡੀ ਵਡਿਆਈ ਪੁੱਤਰ ਕਲਤਰ ਵਿਚੇ ਗਤ ਪਾਈ ਸਾਰਿਆਂ ਨੂੰ ਇਹ ਬਾਣੀ ਪੜਿਆਂ ਸਤਿਗੁਰਾਂ ਦਾ ਪਾਵਨ ਉਪਦੇਸ਼ ਜੀਵਨ ਵਿੱਚ ਧਾਰਨ ਕੀਤਿਆਂ ਫਲ ਪ੍ਰਾਪਤ ਹੁੰਦੇ ਨੇ ਗੁਰਦੇਵ ਪਾਤਸ਼ਾਹ ਬੜੇ ਸੁੰਦਰ ਢੰਗ ਦੇ ਨਾਲ ਮਾਝ ਰਾਗ ਦੀ ਇਸ ਅਸ਼ਟਪਦੀ ਦੇ ਰਹੀਂ ਸਾਰੇ ਜਗਤ ਨੂੰ ਇੱਕ ਸਾਂਝਾ ਉਪਦੇਸ਼ ਬਖਸ਼ਿਸ਼ ਕਰਦੇ ਨੇ ਮਾਜ ਮਹਿਲਾ ਤੀਜਾ ਕਰ ਪਹਿਲਾ ਕਰਮ ਹੋਵੇ ਸਤ ਗੁਰੂ ਮਿਲਾਏ ਸੇਵਾ ਸੁਰਤ ਸ਼ਬਦ ਚਿਤ ਲਾਏ ਹਉ ਮੈਂ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਚੁਕਾ ਵਣਿਆ ਇਸ ਸੰਸਾਰ ਦੇ ਵਿੱਚ ਸਾਰੇ ਜੀ ਆਪਣੀ ਸਿਆਣਪ ਦਾ ਢਿੰਡੋਰਾ ਪਾਉਂਦੇ ਨੇ ਹਰ ਇੱਕ ਬੰਦੇ ਦਾ ਕੁਦਰਤੀ ਤੌਰ ਤੇ ਕੁਝ ਐਸਾ ਸੁਭਾਅ ਬਣ ਗਿਆ ਹੈ ਬੰਦਾ ਕਹਿੰਦਾ ਮੇਰੇ ਤੋਂ ਪਹਿਲਾਂ ਇਸ ਸੰਸਾਰ ਦੇ ਵਿੱਚ ਕੋਈ ਸਿਆਣੇ ਨੇ ਜਨਮ ਹੀ ਨਹੀਂ ਲਿਆ ਸਭ ਤੋਂ ਪਹਿਲਾ ਸਿਆਣਾ ਮੈਂ ਇਸ ਸੰਸਾਰ ਦੇ ਵਿੱਚ ਆਇਆ ਕੁਦਰਤੀ ਤੌਰ ਤੇ ਇਹ ਹਉਮੈ ਮਾਇਆ ਦਾ ਇਹ ਵਿਸ਼ਾਲ ਰੂਪ ਮਨੁੱਖ ਦੇ ਨਾਲ ਜੀਵਨ ਦੇ ਵਿੱਚ ਵੱਧਦਾ ਜਿੰਨਾ ਕੋ ਬੱਚਾ ਛੋਟਾ ਹੁੰਦਾ ਹੈ ਉਹਨਾਂ ਮਾਇਆ ਦੇ ਪ੍ਰਭਾਵ ਤੋਂ ਹਉਮੇ ਦੇ ਪ੍ਰਭਾਵ ਤੋਂ ਬਚਿਆ ਹੁੰਦਾ ਤੇ ਕਈ ਵੇਰਾਂ ਅਸੀਂ ਕਹਿ ਦਿੰਨੇ ਆ ਜੀ ਇਹ ਬੰਦਾ ਵੱਡਾ ਹੋ ਰਿਹਾ ਹੈ ਪੜਾਈ ਕਰਕੇ ਇਹਨੂੰ ਮਤ ਆਈਏ ਇਹ ਸਿਆਣਾ ਹੋ ਗਿਆ ਇੱਕ ਗੱਲ ਦਾ ਧਿਆਨ ਰੱਖਣਾ ਜਿਉਂ-ਜਿਉਂ ਬੱਚਾ ਵੱਡਾ ਹੁੰਦਾ ਹੈ ਤਿਉਂ-ਤਿਉਂ ਜੀਵਨ ਵਿੱਚ ਮਾਇਆ ਦਾ ਪ੍ਰਭਾਵ ਵਧਦਾ ਜਾਂਦਾ ਹੈ ਤੇ ਜਿਉਂ-ਜਿਉਂ ਉਹ ਬੰਦਾ ਜਵਾਨੀ ਵਿੱਚੋਂ ਲੰਘ ਕੇ ਬੁਢਾਪੇ ਵੱਲ ਆਉਂਦਾ ਨਾ ਆਮ ਤੌਰ ਤੇ ਕਹਿ ਦਿੱਤਾ ਜਾਂਦਾ ਜੀ ਇਹ ਸਿਆਣਾ ਹੋ ਗਿਆ ਪਰ ਅਸਲ ਦੇ ਵਿੱਚ ਬੁਢਾਪੇ ਵਿੱਚ ਆ ਕੇ ਹੌਮੇ ਵਿੱਚ ਬੰਦਾ ਹੋਰ ਗਰਸਤ ਹੋ ਜਾਂਦਾ ਹੈ ਉਹ ਕਹਿੰਦਾ ਇਹ ਜਿਹੜੇ ਕੇਸ ਨੇ ਕੋਈ ਧੁੱਪ ਵਿੱਚ ਬਹਿ ਕੇ ਚਿੱਟੇ ਨਹੀਂ ਕੀਤੇ ਇਹ ਕੀ ਹੈ ਬੰਦੇ ਨੂੰ ਆਪਣੀ ਸਿਆਣਪ ਦਾ ਮਾਣ ਇਸੇ ਲਈ ਕਹਿੰਦੇ ਆ ਬੱਚਾ ਰੱਬ ਦਾ ਰੂਪ ਹੈ ਕਿਉਂਕਿ ਬੱਚੇ ਦੇ ਜੀਵਨ ਵਿੱਚ ਮਾਇਆ ਦਾ ਪ੍ਰਭਾਵ ਘਟੇ ਹਉਮੈ ਤੋਂ ਮੈਂ ਮੇਰੀ ਤੋਂ ਬਚਪਨ ਅਜੇ ਬਚਿਆ ਹੋਇਆ ਤੇ ਜਿਸ ਤੇ ਕਿਰਪਾ ਹੋ ਜਾਵੇ ਸਤਿਗੁਰ ਬਖਸ਼ਿਸ਼ ਕਰ ਦੇਣ ਜਿਸ ਤੇ ਨਦਰ ਹੋ ਜਾਵੇ ਦਇਆ ਹੋ ਜਾਵੇ ਮਹਿਰਮਤ ਹੋ ਜਾਵੇ ਉਸ ਦੇ ਜੀਵਨ ਵਿੱਚ ਨਿਰੰਕਾਰ ਬਖਸ਼ਿਸ਼ ਕਰਕੇ ਐਸੇ ਜੀਵ ਨੂੰ ਸੱਚੇ ਸਤਿਗੁਰ ਦੇ ਲੜ ਲਾ ਦਿੰਦਾ ਸੱਚਾ ਸਤਿਗੁਰ ਭਾਗਾਂ ਵਾਲੇ ਨੂੰ ਮਿਲਦਾ ਜੇ ਇੱਕ ਬੇਨਤੀ ਕਰਦੇ ਹਾਂ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਹੋ ਨਾ ਤੇ ਸੱਚ ਜਾਣਨਾ ਕੋਈ ਪੂਰਬਲੇ ਕਰਮ ਪ੍ਰਗਟ ਜ਼ਰੂਰ ਹੋਏ ਨੇ ਜੇ ਅਸੀਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਅਖਵਾਉਂਦੇ ਆ ਜਿਨ੍ਹਾਂ ਨੂੰ ਅਜੇ ਪੂਰੇ ਗੁਰੂ ਦੀ ਸੋਝੀ ਨਹੀਂ ਅਜੇ ਵੀ ਭਟਕ ਰਹੇ ਨੇ ਅਜੇ ਵੀ ਬਦਕਿਸਮਤ ਨੇ ਪਰ ਇੱਕ ਬੇਨਤੀ ਕਰਦਿਆਂ ਗੁਰੂ ਸਵਾਰੇਓ ਤੁਸੀਂ ਭਾਗਾ ਵਾਲੇ ਹੋ ਜੇ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਅਖਵਾਉਂਦੇ ਹੋ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਪਰ ਤੁਹਾਡੇ ਭਾਗ ਬੜੇ ਮਾੜੇ ਨੇ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਅਜੇ ਪਛਾਣ ਨਹੀਂ ਸਕੇ ਕੇਵਲ ਕਹਿੰਨੇ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਪਰ ਅਜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਬਣੇ ਨਹੀਂ ਇਹ ਮੰਦ ਭਾਗੇ ਦੀ ਨਿਸ਼ਾਨੀ ਹੈ ਤੇ ਸਤਿਗੁਰੂ ਤੀਜੇ ਪਾਤਸ਼ਾਹ ਇਹਨਾਂ ਬਚਨਾਂ ਦੇ ਰਾਈ ਸਮਝਾਉਂਦੇ ਨੇ ਪੂਰੇ ਭਾਗ ਸਤਿਗੁਰੂ ਮਿਲਾਏ ਕਿਤੇ ਕੋਈ ਪੁਰਬਲਾ ਕੀਤਾ ਹੋਇਆ ਬੀਜਿਆ ਹੋਇਆ ਚੰਗਾ ਬੀਜ ਜਦੋਂ ਪਰਫੁੱਲਤ ਹੁੰਦਾ ਹੈ ਨਾ ਉਹਨੂੰ ਫਲ ਲੱਗਦੇ ਨੇ ਦੇ ਭਾਗ ਬਣਦੇ ਨੇ ਚੰਗੇ ਕਰਮ ਕਰਨ ਵਲੇ ਬਹੁਤੀ ਸਿਆਣਪ ਚਤ్రਾਈ ਨਹੀਂ ਵਰਤਣੀ ਚਤ్రਾਈ ਸਿਆਣਪਾਂ ਕਿਤੇ ਕਮ ਨਾ ਆਈ ਹੈ ਟੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਬਾਬਾ ਜੀ ਦੇ ਬਚਨ ਨੇ ਜੇ ਲੱਖ ਕਰਮ ਕਮਾਈਐ ਕਿਛ ਪਵੈ ਨਾ ਬੰਧਾ ਜਨ ਨਾਨਕ ਕੀਤਾ ਨਾਮ ਧਰ ਹੋਰ ਛੋੜਿਆ ਧੰਦਾ ਫੇਰ ਸੰਸਾਰ ਦੇ ਬਾ ਕੀ ਜਿਹੜੇ ਕੰਮ ਨੇ ਉਹ ਕੇਵਲ ਧੰਦਾ ਮਾਤਰ ਲੱਗਦੇ ਨੇ ਕਿਉਂਕਿ ਜੀਵਨ ਵਿੱਚ ਸੱਚੇ ਗੁਰੂ ਦੀ ਸ਼ਰਣ ਵਿੱਚ ਜੋ ਆ ਗਏ ਬਹੁਤੀ ਸਿਆਣਪ ਕਰਕੇ ਜਦੋਂ ਕੋਈ ਕੰਮ ਕੀਤਾ ਜਾਏ ਨਾ ਤੇ ਫੇਰ ਰੱਬ ਦੀ ਖੁਸ਼ੀ ਦਾ ਪਾਤਰ ਨਹੀਂ ਬਣਿਆ ਜਾ ਸਕਦਾ ਸਹਿ ਸੁਭਾਏ ਕਿਉਂਕਿ ਕੁਦਰਤ ਦਾ ਨਿਯਮ ਹੈ ਕਿਸਾਨ ਜਦੋਂ ਧਰਤੀ ਦੇ ਵਿੱਚ ਬੀਜ ਪਾਉਂਦਾ ਹੈ ਤੁਸੀਂ ਸਾਰੇ ਸਿਆਣੇ ਕਦੇ ਉਹ ਇਹ ਵੇਖ ਕੇ ਤੇ ਧਰਤੀ 'ਚ ਬੀਜ ਨਹੀਂ ਨਾ ਪਾਉਂਦਾ ਬਈ ਸਿੱਧਾ ਕਿ ਪੁੱਠਾ ਬੀਜ ਪਾਉਂਦਾ ਹੈ ਇਕਸਾਰ ਤੇ ਕੁਦਰਤ ਧਰਤੀ ਦਾ ਸੁਭਾਅ ਵੇਖੋ ਕਿਹੋ ਜਿਹਾ ਵਿਸ਼ਾਲ ਹੈ ਬੀਜ ਭਾਵੇਂ ਸਿੱਧਾ ਹੋਵੇ ਭਾਵੇਂ ਪੁੱਠਾ ਹੋਵੇ ਧਰਤੀ ਉਹਨੂੰ ਕਬੂਲ ਕਰ ਲੈਂਦੀ ਹੈ ਕੁਦਰਤ ਉਹਨੂੰ ਕਬੂਲ ਕਰ ਲੈਂਦੀ ਹੈ ਜਦੋਂ ਉਹ ਬੀਜ ਪਰਫੁੱਲਤ ਹੁੰਦਾ ਹੈ ਫੁੱਲ ਵੀ ਪ੍ਰਗਟ ਹੁੰਦੇ ਨੇ ਫਲ ਵੀ ਪੈਦਾ ਹੁੰਦੇ ਨੇ ਤੇ ਰੁੱਖ ਦੀ ਕਣੀ ਛਾਂ ਵੀ ਸੰਸਾਰ ਨੂੰ ਸੁਖ ਬਖਸ਼ਿਸ਼ ਕਰਦੀ ਹੈ ਤੁਹਾਡੇ ਕੀਤੇ ਹੋਏ ਕਰਮ ਨੂੰ ਫਲ ਜ਼ਰੂਰ ਲੱਗਣੇ ਨੇ ਕਰਮ ਕਰਨ ਵੇਲੇ ਗੁਰੂ ਦੇ ਪ੍ਰਤੀ ਆਤਮ ਸਮਰਪਣ ਦੀ ਭਾਵਨਾ ਹੋਵੇ ਕਿਸੇ ਪ੍ਰਕਾਰ ਦੀ ਚਤੁਰਾਈ ਸਿਆਣਪ ਨਾ ਹੋਵੇ ਪਹਿਲਾਂ ਵੀ ਇੱਕ ਵਾਰ ਬੇਨਤੀ ਕੀਤੀ ਸੀ ਤੁਹਾਡੇ ਚਰਨਾਂ ਦੇ ਵਿੱਚ ਸਤਸੰਗਿਓ ਬਹੁਤੀ ਅਕਲ ਵਰਤਿਆਂ ਸਿਆਣਾਪ ਵਰਤਿਆਂ ਚਤਰਾਈ ਵਰਤਿਆ ਅਕਲ ਦੇ ਨਾਲ ਕਦੇ ਅਕਾਲ ਪੁਰਖ ਪ੍ਰਗਟ ਨਹੀਂ ਜੇ ਹੁੰਦਾ ਅਕਲ ਦੇ ਨਾਲ ਅਕਾਲ ਨਹੀਂ ਜੇ ਮਿਲਦਾ ਅਮਲ ਦੇ ਵਿੱਚੋਂ ਹੀ ਅਸਲ ਦੀ ਪ੍ਰਾਪਤੀ ਹੁੰਦੀ ਚੰਗੇ ਅਮਲ ਕਰਨੇ ਗੁਰੂ ਦੀ ਪੈ ਭਾਵਨੀ ਵਿੱਚ ਜੀਵਨ ਜਿਉਣਾ ਪਰ ਇਹ ਦਾਤ ਇਹ ਸੋਚ ਇਹ ਵਿਚਾਰ ਕਿੱਥੋਂ ਪ੍ਰਾਪਤ ਹੁੰਦੀ ਏ ਪੂਰੇ ਸਤਗੁਰੂ ਦੀ ਸ਼ਰਨ ਆਇਆ ਜਿਉਂ ਅੱਜ ਤੀਜੇ ਪਾਦਸ਼ਾ ਬਚਨ ਕਰ ਰਹੇ ਨੇ ਪੂਰੇ ਭਾਗ ਸਤਗੁਰੂ ਮਿਲਾਏ ਸੇਵਾ ਸੁਰਤ ਸ਼ਬਦ ਚਿਤ ਲਾਏ ਪੂਰੇ ਸਤਗੁਰੂ ਦੇ ਚਰਨਾਂ ਦੇ ਵਿੱਚੋਂ ਇਹ ਦਾਤ ਪ੍ਰਾਪਤ ਹੁੰਦੀ ਏ ਕਿਹੜੀ ਪ੍ਰਾਣੀ ਸੇਵਾ ਦੇ ਵਿੱਚ ਇੱਕ ਮਨ ਇੱਕ ਚਿੱਤ ਹੋ ਕੇ ਆਪਣੇ ਆਪ ਨੂੰ ਯਤਨ ਕਰਦਾ ਹਥੀਂ ਸੇਵਾ ਸੇਵਾ ਕਈ ਪ੍ਰਕਾਰ ਦੀ ਹੈ ਤਨ ਦੀ ਸੇਵਾ ਮਨ ਦੀ ਸੇਵਾ ਤੇ ਧਨ ਦੀ ਸੇਵਾ ਯਤਨ ਕਰੀਏ ਇਹ ਤਿੰਨੋਂ ਰੂਪ ਸੇਵਾ ਦੇ ਸਾਡੇ ਜੀਵਨ ਵਿੱਚ ਪ੍ਰਗਟ ਹੋਣ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਤੇ ਫੇਰ ਇਹਦੇ ਵਿੱਚੋਂ ਇੱਕ ਰਸ ਹੋਰ ਕਿਹੜਾ ਪ੍ਰਗਟ ਹੋਏਗਾ ਸੇਵਾ ਬੰਦੇ ਦੀ ਹਉਮੈ ਨੂੰ ਮਾਰਦੀ ਹੈ ਧਿਆਨ ਰੱਖਣਾ ਜਦੋਂ ਅਥੀ ਸੇਵਾ ਕਰਦੇ ਆ ਸੰਗਤ ਦੇ ਜੋੜੇ ਛਾੜਨੇ ਲੰਗਰ ਦੇ ਝੂਠੇ ਬਰਤਨ ਮਾਂਜਣ ਦੀ ਸੇਵਾ ਤੱਪਰ ਝਾਰ ਵਿਛਾਉਣ ਦੀ ਸੇਵਾ ਜਦੋਂ ਇਹ ਸੇਵਾ ਮਨੁੱਖ ਅਥੀ ਕਰਦਾ ਨਾ ਤੇ ਅੰਦਰ ਦੀ ਹਉਮੈ ਦਾ ਨਾਸ ਹੁੰਦਾ ਹੈ ਆਮ ਤੌਰ ਤੇ ਬੰਦਾ ਕਵੇ ਮੈਂ ਇੰਨੀ ਇੰਡਸਟਰੀ ਦਾ ਮਾਲਕ ਆ ਕਈ ਕਰੋੜਾਂ ਦਾ ਮਾਲਕ ਆ ਮੈਂ ਗੁਰਦੁਆਰੇ ਝਾੜੂ ਮਾਰਾਂ ਮੈਂ ਕਿਸੇ ਗਰੀਬ ਦੇ ਜੋੜਿਆਂ ਨੂੰ ਹੱਥ ਲਾਵਾਂ ਇਹ ਹਉਮੈ ਪਰ ਹਉਮੈ ਨੇ ਮਿਟਣਾ ਕਦੋਂ ਹੈ ਜਦੋਂ ਭਾਵਨਾ ਹੋਵੇ ਪਾਵਨਾ ਕਿਉ ਜੀ ਇੱਕ ਬੇਨਤੀ ਪਿਆਰ ਭਰੀ ਕਰਦੇ ਆ ਹੋ ਸਕਦਾ ਹੈ ਕਿਸੇ ਦੇ ਜੀਵਨ ਵਿੱਚ ਤਬਦੀਲੀ ਆ ਜਾਵੇ ਜਦੋਂ ਜੋੜਿਆਂ ਦੀ ਸੇਵਾ ਕਰਦੇ ਹੋ ਨਾ ਤੇ ਕਿਸੇ ਬੱਚੇ ਦਾ ਜੋੜਾ ਹੱਥ ਵਿੱਚ ਆਵੇ ਉਸ ਨੂੰ ਸੁਚੱਜੇ ਥਾਂ ਤੇ ਰੱਖਣ ਤੋਂ ਪਹਿਲਾਂ ਉਸ ਜੋੜੇ ਨੂੰ ਮਸਤਕ ਤੇ ਲਾਓ ਭਾਵਨਾ ਬਣਾਓ ਪਤਾ ਨਹੀਂ ਅੱਜ ਸਹਿਬ ਜੀ ਦਾ ਜੁਰਾਵਰ ਸਿੰਘ ਸੰਗਤ ਵਿੱਚ ਆ ਗਿਆ ਹੈ ਕਿ ਸਹਿਬ ਜੀ ਦਾ ਫਤੇ ਸਿੰਘ ਦਾ ਜੋੜਾ ਮੇਰੇ ਹੱਥ ਵਿੱਚ ਆ ਗਿਆ ਹੈ ਭਾਵਨਾ ਕਿਸੇ ਬਜ਼ੁਰਗ ਦਾ ਜੋੜਾ ਹੱਥ ਵਿੱਚ ਆਵੇ ਮਸਤਕ ਤੇ ਲਾਓ ਅੱਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਪ ਇਸ ਬਜ਼ੁਰਗ ਦੇ ਰੂਪ ਦੇ ਵਿੱਚ ਸੰਗਤ ਨੂੰ دیدار ਬਖਸ਼ਣ ਆਏ ਨੇ ਕਿ ਅੱਜ ਤਨ ਤਨ ਬਾਬਾ ਬੁੱਢਾ ਜੀ ਦਾ ਜੋੜਾ ਮੇਰੇ ਹੱਥ ਵਿੱਚ ਆ ਗਿਆ ਹੈ ਕਿਸੇ ਬੀਬੀ ਦਾ ਜੋੜਾ ਹੱਥ ਵਿੱਚ ਆਇਆ ਹੈ ਇੱਕ ਭਾਵਨਾ ਹੋਵੇ ਉਹ ਅੱਜ ਬੀਬੀ ਭਾਨੀ ਸੰਗਤ ਵਿੱਚ ਆ ਗਈ ਏ ਜਾਂ ਅੱਜ ਮਾਤਾ ਗੁਜਰ ਕੌਰ ਸੰਗਤ ਵਿੱਚ دیدار ਬਖਸ਼ਣ ਆ ਗਈ ਏ ਭਾਵਨਾ ਆਪਣੇ ਆਪ ਉਹ ਜੋੜਾ ਤੁਹਾਡੇ ਮਸਤਕ ਤੱਕ ਜਾਏਗਾ ਉਸ ਦੀ ਚਰਨ ਧੂੜ ਤੁਸੀਂ ਲੈਣ ਦਾ ਯਤਨ ਕਰੋਗੇ ਸਤ ਸੰਗੀ ਉਹ ਭਾਵਨਾ ਉੱਚੀ ਹੈ ਅਰਦਾਸ ਕਰਨਾ ਜੀਵਨ ਵਿੱਚ ਪ੍ਰਗਟ ਹੋ ਜਾਵੇ ਬਾਬੇ ਨਾਨਕ ਦੇ ਦਰ ਘਰ ਦੀਆਂ ਪ੍ਰਤੱਖ ਖੁਸ਼ੀਆਂ ਪ੍ਰਾਪਤ ਹੋਣਗੀਆਂ ਸੰਸਾਰ ਦੀ ਕੋਈ ਦਾਤ ਐਸੀ ਨਹੀਂ ਜਿਹੜੀ ਤੁਹਾਡੀ ਝੋਲੀ ਵਿੱਚ ਨਾ ਪਵੇ ਜਦੋਂ ਇਸ ਭਾਵਨਾ ਨਾਲ ਸੇਵਾ ਕਰੋਗੇ ਲੰਗਰ ਦੇ ਝੂਠੇ ਬਰਤਨ ਮਾਂਜਣ ਵੇਲੇ ਇਸ ਪਿਆਰ ਦੇ ਨਾਲ ਮਾਂਜਿਆ ਕਰੋ ਅੱਜ ਕਲਗੀਧਰ ਪਾਤਸ਼ਾਹ ਦੇ ਸੀਤ ਪ੍ਰਸਾਦ ਦੀ ਥਾਲੀ ਮੇਰੇ ਹੱਥਾਂ ਵਿੱਚ ਆ ਗਈ ਹੈ ਗੱਲ ਤੇ ਪਾਵਨਾ ਦੀ ਜਦੋਂ ਤੱਕ ਜੱਟਾਂ ਭਾਪਿਆਂ ਦੇ ਝਗੜੇ ਵਿੱਚ ਪਏ ਰਵਾਂਗੇ ਜਦੋਂ ਤੱਕ ਮੇਰ ਤੇਰ ਦੇ ਵਿੱਚ ਖੱਛਤ ਹੋਏ ਰਵਾਂਗੇ ਤਾਂ ਤੱਕ ਪੂਰੇ ਗੁਰੂ ਦਾ ਉਪਦੇਸ਼ ਸਾਡੇ ਜੀਵਨ ਵਿੱਚ ਅਸਰ ਨਹੀਂ ਕਰੇਗਾ। ਬਾਬਾ ਜੀ ਕਹਿੰਦੇ ਸੇਵਾ ਵਿੱਚੋਂ ਕੀ ਹੋਏਗਾ? ਬਾਣੀ ਦਾ ਪ੍ਰਕਾਸ਼ ਹੋਏਗਾ। ਤੁਹਾਡੀ ਪੜੀ ਹੋਈ ਬਾਣੀ ਹਿਰਦੇ ਵਿੱਚ ਵਸੇਗੀ। ਇਹ ਮੈਂ ਨਹੀਂ ਮੇਰੇ ਤੀਜੇ ਪਾਦਸ਼ਾਹ ਬਚਨ ਕਰਦੇ ਨੇ। ਆ ਕਈ ਵਾਰਾਂ ਦਾਸ ਪਿਆਰ ਦੇ ਵਿੱਚ ਕਹਿ ਦਿੰਦਾ ਜੀ ਮੇਰੇ ਪਿਤਾ ਸੁਬਾਹ ਏ ਪਾਵਨ ਹੈ ਇੱਕ ਸਿੰਘ ਮੈਨੂੰ ਮਿਲਿਆ ਮਧ ਪ੍ਰਦੇਸ਼ ਦੇ ਵਿੱਚ ਕਹਿੰਦਾ ਭਾਈ ਸਾਹਿਬ ਤੁਸੀਂ ਸੰਗਤ ਵਿੱਚ ਹਰ ਵਾਰੀ ਕਹਿੰਦੇ ਹੋ ਵੀ ਮੇਰੇ ਪਿਤਾ ਕੇਵਲ ਉਹ ਤੁਹਾਡੇ ਪਿਤਾ ਨੇ ਸਾਡੇ ਨਹੀਂ ਮੈਂ ਕਿਹਾ ਉਹ ਤੇ ਜਗਤ ਪਿਤਾ ਨੇ ਭਰਾਵਾ ਤੂੰ ਵੀ ਕਿਹਾ ਕਰ ਮੇਰੇ ਪਿਤਾ ਮਾਨ ਹੁੰਦਾ ਮੇਰੇ ਪਿਤਾ ਇਹ ਮੈਂ ਨਹੀਂ ਕਹਿੰਦਾ ਮੇਰੇ ਬਾਬਾ ਜੀ ਨੇ ਬਾਣੀ ਵਿੱਚ ਕਈ ਥਾਵਾਂ ਤੇ ਕਿਹਾ ਆ ਪੰਜਵੇਂ ਪਾਤਸ਼ਾਹ ਦਾ ਮਾਜ ਰਾਗ ਦੇ ਵਿੱਚ ਬਚਨ ਪਰਦੇ ਹੋ ਨਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਹੁਣ ਵੇਖਣਾ ਮੇਰਾ ਲਫ਼ਜ਼ ਗੁਰੂ ਸਾਹਿਬ ਨੇ ਕਿੰਨੀ ਵਾਰੀ ਵਰਤੇ ਆ ਤੇ ਸੰਬੋਧਨ ਕਿਨੂੰ ਕਰ ਰਹੇ ਨੇ ਨਿਰੰਕਾਰ ਨੂੰ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਪਾਉ ਕਿਹਾ ਕਾੜਾ ਜੀਓ ਕਿੰਨੀ ਵਾਰੀ ਮੇਰਾ ਲਫ਼ਜ਼ ਵਰਤੇ ਆ ਮਾਣ ਨਾਲ ਕੀ ਕਰੋ ਮੇਰਾ ਪਿਓ ਕਿਉਂ ਨਾ ਕਵਾਂ ਜੇ ਮੈਂ ਆਪਣੇ ਪਿਓ ਨੂੰ ਪਿਓ ਨਾ ਕਵਾਂ ਤੇ ਕਿਨੂੰ ਆਖਾਂ ਕੀ ਗੁਰੂ ਨਾਨਕ ਮੇਰਾ ਪਿਤਾ ਤੁਹਾਡਾ ਪਿਤਾ ਜਗਤ ਪਿਤਾ ਨਹੀਂ ਮਾਨ ਨਾਲ ਕਿਹਾ ਕਰੋ ਮੇਰੇ ਪਿਤਾ ਸੱਚ ਜਾਣਨਾ ਆਤਮਕ ਸਾਂਝ ਪੈਂਦੀ ਹੈ ਅੰਦਰ ਦੇ ਪਿੰਨ ਭੇਦ ਮੁੱਕ ਜਾਂਦੇ ਨੇ ਜੇ ਮੈਂ ਵੀ ਆਖਿਆ ਮੇਰਾ ਪਿਤਾ ਤੁਸੀਂ ਵੀ ਆਖਿਆ ਮੇਰਾ ਪਿਤਾ ਤੇ ਫਿਰ ਇਹ ਪੰਕਤੀਆਂ ਜੀਵਨ ਵੀ ਢੋਕਣ ਗਿਆ ਨਾ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਮੇਰਾ ਕਿਉਂ ਨਾ ਕਹਾਂ ਸੰਸਾਰ ਦੇ ਵਿੱਚ ਇਹੀ ਤਾਂ ਇੱਕ ਰਿਸ਼ਤਾ ਹੈ ਜਿਹਨੂੰ ਬਾਬਾ ਜੀ ਨੇ ਬਾਰ ਬਾਰ ਕਿਹਾ ਵੀ ਮੇਰਾ ਕਿਆ ਕਰ ਮੇਰਾ ਰਿਸ਼ਤਾ ਬਾਕੀ ਤਾਂ ਮੇਰੀ ਮੇਰੀ ਨਹੀਂ ਕਰਨੀ ਅਸੀਂ ਗੁਰੂ ਨੂੰ ਮੇਰਾ ਕਹਿਣ ਤੋਂ ਸੰਕੋਚ ਕਰਦੇ ਹਾਂ ਤੇ ਬਾਕੀ ਦੁਨਿਆਵੀ ਰਿਸ਼ਤਿਆਂ ਨੂੰ ਕਹਿੰਦੇ ਮੇਰਾ ਭਰਾ ਮੇਰੀ ਭੈਣ ਮੇਰਾ ਪਤੀ ਮੇਰੀ ਪਤਨੀ ਮੇਰਾ ਧਨ ਮੇਰੀ ਕੋਠੀ ਮੇਰਾ ਕਾਰ ਬਾਬਾ ਜੀ ਕਹਿੰਦੇ ਆ ਮੇਰੀ ਮੇਰੀ ਨਾ ਕਰ ਗੁਰੂ ਨੂੰ ਮੇਰਾ ਕਹੇ ਮੇਰਾ ਪਿਓ ਤੇ ਬੇਨਤੀ ਕਰ ਰਿਹਾ ਸਾਂ ਧੰ ਸ੍ਰੀ ਗੁਰੂ ਅਮਰਦਾਸ ਸਤਗੁਰ ਸੱਚੇ ਪਾਤਸ਼ਾਹ ਇਹ ਬਚਨ ਕਰਦੇ ਨੇ ਜਦੋਂ ਸੇਵਾ ਦੇ ਵਿੱਚ ਰੁੱਝਦੇ ਆ ਤਾਂ ਤੇ ਬਾਣੀ ਦਾ ਪ੍ਰਕਾਸ਼ ਕਿਵੇਂ ਹੁੰਦਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਹੁ ਗੁਰੂ ਕੇਰਾ ਗਾਵੋ ਸਚੀ ਬਾਣੀ ਕਹੈ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਭਾਵਨਾ ਦੇ ਵਿੱਚੋਂ ਸੇਵਾ ਪ੍ਰਗਟ ਹੋਏਗੀ ਤੇ ਸੇਵਾ ਕੀਤਾ ਬਾਣੀ ਪੜਨ ਦਾ ਚਾਹ ਜੀਵਨ ਵਿੱਚ ਪ੍ਰਗਟ ਹੋਏਗਾ ਤੇ ਗੁਰੂ ਸਵਾਰਿਓ ਅੱਜ ਦੇ ਪਾਵਨ ਉਪਦੇਸ਼ ਦੇ ਵਿੱਚ ਮੇਰੇ ਸਤਿਗੁਰੂ ਬਚਨ ਕਰਦੇ ਨੇ ਜਦੋਂ ਪੂਰੇ ਗੁਰੂ ਦੀ ਸ਼ਰਨ ਵਿੱਚ ਆਉਨੇ ਆ ਜੀਵਨ ਵਿੱਚ ਸੇਵਾ ਸਿਮਰਨ ਦਾ ਸੁਭਾਗ ਪ੍ਰਾਪਤ ਹੁੰਦਾ ਚਾਹ ਚੜਦਾ ਤੇ ਫਿਰ ਕੀ ਹੁੰਦਾ ਹਉ ਮੈਂ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਚੁਕਾਵਣੇ ਆ ਬਾਣੀ ਪੜਿਆਂ ਜਦੋਂ ਬਾਣੀ ਦਾ ਪ੍ਰਭਾਅ ਜੀਵਨ ਦੇ ਵਿੱਚ ਪ੍ਰਗਟ ਹੁੰਦਾ ਹੈ ਹੱਥੀਂ ਸੇਵਾ ਦਾ ਚਾ ਜੀਵਨ ਵਿੱਚ ਪ੍ਰਗਟ ਹੁੰਦਾ ਹੈ ਤੇ ਮਾਇਆ ਦੇ ਜੋ ਰੂਪ ਨੇ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਬਖੀਲੀ ਭੈ ਮੈਂ ਮੇਰੀ ਮੇਰ ਤੇਰ ਇਹ ਜੀਵਨ ਵਿੱਚੋਂ ਹੌਲੇ-ਹੌਲੇ ਬినాਸ਼ ਹੁੰਦੀ ਹੈ ਬਿਨਸ ਜਾਂਦੀ ਹੈ ਸਮਾਪਤ ਹੋ ਜਾਂਦੀ ਹੈ ਜੀਵਨ ਘੜਿਆ ਜਾਂਦਾ ਸੋ ਗੁਰਦੇਵ ਪਾਤਸ਼ਾ ਇੱਥੇ ਇਹ ਗੱਲ ਸਮਝਾਉਂਦੇ ਨੇ ਕਿ ਹਉਮੈ ਨੂੰ ਬਾਣੀ ਪੜਿਆ ਤੇ ਸੇਵਿਆਂ ਗੁਰੂ ਸਾਹਿਬ ਇੱਥੇ ਬਚਨ ਕਰਦੇ ਨੇ ਹਉਮੈ ਨੂੰ ਬਾਣੀ ਪੜਿਆ ਤੇ ਸੇਵਾ ਕੀਤਿਆਂ ਹੀ ਆਪਣੇ ਜੀਵਨ ਵਿੱਚੋਂ ਮੁਕਾਉਣ ਦਾ ਯਤਨ ਕੀਤਾ ਜਾ ਸਕਦਾ ਹੈ